साहब अपने अकाली दल का अपने अखी खात्मा होंदा देख के जाएंगे खत्म 2019 तो बाद आही चोणा ने बस ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਤੇ ਮੈਂ ਰਸਪਿੰਦਰ ਸਿੰਘ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਰੋਡ ਸ਼ੋਅ ਦਾ ਦੌਰ ਜਾਰੀ ਹੈ ਵੱਖ ਵੱਖ ਪੰਜਾਬ ਦੇ ਥਾਵਾਂ ਤੇ ਰੋਡ ਸ਼ੋਅ ਕਰ ਰਹੇ ਨੇ ਆਪਣਾ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਸੀਐਮ ਫੇਸ ਨੇ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਇੱਕ ਰੋਡ ਸ਼ੋਅ ਕੀਤਾ ਜਾ ਰਿਹਾ ਤੁਹਾਨੂੰ ਦਿਖਾ ਰਿਹਾ ਬੜੀਆਂ ਅਹਿਮ ਤਸਵੀਰਾਂ ਨੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਨੇ ਅਤੇ ਉੱਥੋਂ ਦੇ ਉਮੀਦਵਾਰ ਵੀ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪਿੰਡ ਦੇ ਵਿੱਚ ਅੱਜ ਭਗਵੰਤ ਸਿੰਘ ਮਾਨ ਪਹੁੰਚੇ ਨੇ ਤੁਸੀਂ ਲੋਕਾਂ ਦਾ ਵੱਡਾ ਇਕੱਠ ਵੀ ਦੇਖ ਰਹੇ ਹੋ ਲੋਕਾਂ ਦੇ ਇਕੱਠ ਤੋਂ ਇਹ ਵੀ ਸਾਬਤ ਹੁੰਦਾ ਕਿ ਲੋਕ ਇੱਕ ਮੌਕਾ ਦੇਣਾ ਚਾਹੁੰਦੇ ਨੇ ਕੋਈ ਕੋਰਟ ਦਾ ਮਾਮਲਾ ਹੈ ਜੀ ਇਹ ਮਾਨ ਜੋ ਕੋਰਟ ਦਾ ਮਾਮਲਾ ਹੈ ਇਹਦੇ ਵਿੱਚ ਮੈਂ ਕੋਈ ਕਮੈਂਟ ਨਹੀਂ ਕਰਦਾ ਦੇਖੋ ਲੱਗਦਾ ਹੈ ਆਪ ਮੁਹਾਰੇ ਆਏ ਨੇ ਕੋਈ ਲਾਲਚ ਦੇ ਕਹਿ ਲਿਆਂਦੇ ਕੋਈ ਦਿਹਾੜੀ ਦੇ ਕਹਿ ਲਿਆਂਦੇ ਇੰਨਾ ਮਤਲਬ ਪਿਆਰ ਇੰਨਾ ਸਤਿਕਾਰ ਲੰਬੀ ਹਲਕੇ 'ਚ ਤਾਂ ਸ਼ਾਇਦ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਸ਼ਾਇਦ ਬਾਦਲ ਸਾਹਿਬ ਆਪਣੇ ਅਕਾਲੀ ਦਲ ਦਾ ਆਪਣੇ ਅੱਖੀ ਖਾਤਮਾ ਹੁੰਦਾ ਦੇਖ ਕੇ ਜਾਣਗੇ 2019 ਖਤਮ 2019 ਤੋਂ ਬਾਅਦ ਆਹੀ ਚੋਣਾਂ ਨੇ ਬਸ ਪਤਾ ਲੱਗ ਜੂਗਾ ਇਹ ਕਿਹੜੀ ਗੱਲ ਹੈ ਇਹ ਯਾਰ ਇਹ ਮੁੱਦਾ ਕੋਈ ਇਹ ਐਵੇਂ ਇਹਨਾਂ ਨੂੰ ਹੋਰ ਕੁਛ ਮਿਲਦਾ ਨਹੀਂ ਐਵੇਂ ਕੁਛ ਵੀ ਕਹਿ ਦਿਓ ਸੋ ਇਹ ਸਭ ਗਲਤ ਹੈ ਸਭ ਪ੍ਰੋਪਗੈਂਡਾ ਬੇਰੁਜ਼ਗਾਰੀ ਜੀ ਬੇਰੁਜ਼ਗਾਰੀ ਪਹਿਲਾਂ ਨੌਕਰੀਆਂ ਦੇਣੀਆਂ ਨੇ ਫੈਕਟਰੀਆਂ ਲੈ ਕੇ ਆਵਾਂਗੇ ਖੇਤੀ ਪੈਰਾਂ ਸਿਰ ਕਰਨੀ ਹੈ ਸਕੂਲ ਅਤੇ ਜਿਹੜੇ ਹਸਪਤਾਲ ਬਣਾਉਣੇ ਨੇ ਅਤੇ ਜਿਹੜਾ ਡਰੱਗ ਅਡਿਕਸ਼ਨ ਹੈ ਉਹਨੂੰ ਬਹੁਤ ਪਲੈਨਿੰਗ ਦੇ ਨਾਲ ਰੀਹੈਬ ਸੈਂਟਰ ਬਣਾ ਕੇ ਉਹਨੂੰ ਖਤਮ ਕਰਾਂ ਰਾਜੇਵਾਲ ਸਾਹਿਬ ਕੇਜਰੀਵਾਲ ਸਾਹਿਬ ਨੂੰ ਮਿਲਦੇ ਵੀ ਰਹੇ ਹੈ ਜਦੋਂ ਉਹਨਾਂ ਦੀ ਗੱਲ ਨਹੀਂ ਬਣੀ ਦੋਸ਼ ਲਾਉਣ ਲੱਗ ਗਏ ਸੋ ਮੈਂ ਤਾਂ ਉਹਨਾਂ ਨੂੰ ਆਲ ਦਾ ਬੈਸਟ ਕਹੂੰਗਾ